ਜੀ ਹੈਗਾ 15 ਮਾਡਲ ਹਾਂ, ਮੁਰਲੇ ਟਾਇਰ ਨਾਲ ਦੇ ਆ, ਪਿਛਲੇ ਦੀਵਾਰ ਦੇ ਆ। ਠੀਕ ਹੈ ਜੀ। ਇਹ ਵੀ ਟਰੈਕਟਰ ਚੰਗਾ ਪੂਰਾ 2400-2500 ਘੰਟੇ ਹੀ ਚੱਲਿਆ। ਫਤਿਹਗੜ੍ਹ ਸਾਹਿਬ ਦਾ ਨੰਬਰ ਆ ਤੇ ਫਸਟ ਓਨਰ ਆ ਇਹ ਆਪਣਾ 2001 ਮਾਡਲ ਆ ਜੀ। 2001 ਮਾਡਲ ਫਸਟ ਓਨਰ ਪਟਿਆਲਾ ਨੰਬਰ ਆ। ਇਹਦੇ ਕੋਈ ਡੈਕ ਡੁੱਕ ਲੱਗਿਆ ਹੋਇਆ? ਹਾਂ, ਸਾਰਾ ਡੈਕ ਡੁੱਕ ਲੱਗਿਆ ਹੋਇਆ, ਸਾਰੇ ਸੁਧਰੇ ਲੱਗੇ, ਸਾਰਾ ਟਰੈਕਟਰ ਓਰਿਜਨਲ ਹੈ ਵੀ। ਫਿਰ ਇਹ 2019 ਮਾਡਲ ਆ, 2020 ਦੀ ਕਾਪੀ ਆ। ਹਾਂ, ਇਹਦੀ ਕਾਪੀ ਆ। ਹਾਂ, ਇਹ 1600-1700 ਘੰਟੇ ਚੱਲਿਆ ਹੈ। ਠੀਕ ਹੈ। ਡੈਕ ਡੁੱਕ ਲੱਗਿਆ, ਛਤਰੀ ਲੱਗਿਆ, ਕਨੋਪੀ ਪਿੱਛੇ ਬੇਟ ਲੱਗਿਆ। ਹਾਂ ਜੀ, ਹਾਂ ਜੀ, ਤਾਂ ਚਲੋ ਆਉਂਦਾ ਹੀ ਆ। ਸਹੀ ਗੱਲ ਆ ਜੀ। ਸਾਰਾ ਇਹਦੇ ਵੀ 4 ਟਾਇਰ ਨਾਲ ਦੇ ਆ ਬਾਈ। ਠੀਕ ਹੈ ਜੀ। ਹਾਂ, 2022 ਮਾਡਲ ਹੋ ਰਿਹਾ ਹੈ। ਇਹਦੀ ਕਾਪੀ ਆ, 750 ਘੰਟਾ ਚੱਲਿਆ ਹੈ। ਠੀਕ ਹੈ। ਟਾਇਰ ਟੂਰ ਇਹਦੇ ਵੀ ਨਾਲ ਦੇ 90 ਪੈਸੇ ਪਏ ਆ ਜੀ। ਪੂਰਾ ਦੇਖ ਲਓ ਤੁਸੀਂ, ਸ਼ੋਅ ਸ਼ੂ ਦਾ ਸਾਰਾ ਨਵੇਂ ਵਰਗਾ ਟਰੈਕਟਰ। ਇਹ 1400 ਆ ਜੀ। ਟਾਇਰ ਟੂਰ ਪੂਰੇ ਵਧੀਆ, ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਸਾਰਾ, ਇਹਨੂੰ ਦੇਖ ਲਓ। ਠੀਕ ਹੈ। ਰੇਲ ਵਾਲਾ ਹਿੱਸਾ ਆ। ਹਾਂਜੀ, ਹਾਂ, ਪੂਰੀ ਨਰੋਈ ਟਰਾਲੀ ਆ ਹੈਵੀ। ਇਹਦਾ ਟਾਇਰ ਵੀ ਬੜੇ ਚੰਗੇ ਪਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਅੱਜ ਦੇ ਵੀਡੀਓ ਵਿੱਚ। ਪਿਆਰੇ ਵੀਰੋ, ਆਪਾਂ ਖੜੇ ਹਾਂ ਜਿੱਤੋ ਬਰਾਡੇ ਦੇ ਵਿੱਚ। ਉਹ ਤੁਹਾਨੂੰ ਪਤਾ ਹੈ, ਪਹਿਲਾਂ ਹੀ ਤੁਹਾਨੂੰ ਚੈਨਲ ਦੀ ਵੀਡੀਓ ਦੇਖੀਆਂ ਨੇ। ਸੱਤੇ ਬਾਈ ਉਹਨੂੰ ਡਿੱਦਰ ਸਿੱਪਾ ਟਰੈਕਟਰ ਦੇ ਸਾਡੇ ਪਿੱਛੇ ਬਾਈ ਉਹ ਖੜੇ ਨੇ ਤੇ ਬਾਈ ਕੋਲ ਜਿੰਨੇ ਵੀ ਟਰੈਕਟਰ ਨੇ ਸਾਰੇ ਆ ਜੀ, ਕਿਹੜੇ ਟਰੈਕਟਰ ਨੇ ਬਾਈ ਕੋਲ ਤੇ ਬਾਈ ਆਪਣੇ ਨਾਲ ਆ। ਬਾਈ ਆਪਾਂ ਨੂੰ ਦੱਸੂਗਾ ਰੇਟ ਮਾਡਲ ਤੇ ਕਿਸੇ ਸਾਰੀ ਜਾਣਕਾਰੀ। ਬਾਈ ਸਵਾਗਤ ਆ ਜੀ ਆਪਣੇ ਚੈਨਲ ਤੇ। ਹਾਂਜੀ, ਹਾਂਜੀ, ਹੋਰ ਸੁਣਾਓ ਕੀ ਹਾਲ? ਐਨ ਵਧੀਆ ਵੀਰੇ। ਵੀਰੇ ਬੜਾ ਪਾਵਣੀ ਜਿਹੜੀ ਡਿੱਲਰ ਸਿੱਪ ਦਾ ਜਿਹੜਾ ਆਪਣਾ ਭਲਵਾਨ ਟਰੈਕਟਰ ਦੇ ਨਾਮ ਤੇ ਆ ਜੀ। ਠੀਕ ਹੈ ਜੀ। ਜਿੱਤੂਪੁਰ ਜੱਟਾਂ ਦਾ ਅੱਡਾ ਪੈ ਜਾਂਦਾ ਇਹ, ਭਾਸੋ ਤੋਂ ਪਟਿਆਲਾ ਰੋਡ ਤੇ ਆ। ਠੀਕ ਹੈ ਜੀ। ਪਟਿਆਲਾ 20 ਕਿਲੋਮੀਟਰ ਆ, ਭਾਸੋ 7-8 ਕਿਲੋਮੀਟਰ। ਠੀਕ ਹੈ ਜੀ। ਹਾਂਜੀ, ਹਾਂਜੀ, ਇਹ ਹੈਗਾ 12 ਮਾਡਲ ਵੀ। 2012 ਮਾਡਲ ਜਾਉਣ ਯਾਰ ਹੈ, 50 ਡੀ। ਹਾਂਜੀ, 13 ਦੀ ਕਾਪੀ ਆ। 13 ਦੀ ਕਾਪੀ ਹੈ ਜੀ ਇਹਦੀ, ਸਾਰਾ ਓਰਿਜਨਲ ਆ, ਨਾਲ ਦੇ ਟਾਇਰ ਆ। ਠੀਕ ਹੈ। ਮੁਰਲੇ ਟਾਇਰ 65 ਪੈਸੇ ਹੋਣੇ, ਪਿਛਲੇ ਟਾਇਰ ਅੱਧੇ ਆ ਤੇ ਨਾਲ ਦੇ ਟਾਇਰ 4 ਟਾਇਰ ਚੱਲੇ ਬੜਾ ਘੱਟ ਹੋ ਗਿਆ ਵੀਰੇ। ਹਾਂਜੀ, 2400-2500 ਘੰਟੇ ਚੱਲੇ ਹਰ। ਠੀਕ ਹੈ, ਠੀਕ ਹੈ। 2400-2500 ਘੰਟੇ ਚੱਲੇ। ਪੂਰਾ ਨਵਾਂ ਟਰੈਕਟਰ ਬਾਈ, ਨੰਬਰ ਪੰਜਾਬ ਆ। ਠੀਕ ਹੈ ਜੀ। ਹਾਂਜੀ, ਪੂਰਾ 16 ਟਰੈਕਟਰ। ਹਾਂਜੀ, ਕਿੰਨੇ ਤੱਕ ਬਣੂਗਾ ਇਹ? ਆਪਾਂ 4-15 ਕਹਿੰਦੇ ਬਾਈ, 4 ਲੱਖ ਦਾ ਟਰੈਕਟਰ ਦੇ ਦਾਂਗੇ। ਠੀਕ ਹੈ, ਠੀਕ ਹੈ। ਹਾਂਜੀ, ਹਾਂਜੀ, 13 ਮਾਡਲ ਪੂਰਾ ਸੋਹਣਾ ਟਰੈਕਟਰ। ਹਾਂਜੀ, ਹਾਂਜੀ, ਮਾਰ ਕੇ ਦੇਖ ਲਓ ਚਾਹੇ ਕੈਮਰਾ ਤੁਸੀਂ ਤੇ, ਸਾਰੇ ਪੰਪ ਸਾਰੇ ਓਰਿਜਨਲ ਆ। ਕਿਤੇ ਚਾਬੀ ਨਹੀਂ ਹਜੇ ਬਾਈ ਮੇਰੀ, ਖੁੱਲਿਆ ਬਣੀ ਹੈ ਬ੍ਰੈਂਡ ਨਾ, ਕਿਤੇ ਨਹੀਂ ਖੁੱਲਿਆ ਹਜੇ ਬਾਈ। ਤੇ ਦੂਜੇ ਨੰਬਰ ਤੇ ਆ ਗਿਆ ਜੀ 5310। ਹਾਂਜੀ, ਇਹ 2019 ਮਾਡਲ ਆ, 2020 ਦੀ ਕਾਪੀ ਆ। ਹਾਂਜੀ, ਕਾਪੀ ਆ। ਹਾਂਜੀ, ਇਹ 1600-1700 ਘੰਟੇ ਚੱਲਿਆ ਹੈ। ਠੀਕ ਹੈ। ਟੈਕ ਡੁੱਕ ਲੱਗਿਆ, ਛਤਰੀ ਲੱਗਿਆ, ਕਨੋਪੀ ਪਿੱਛੇ ਬੇਟ ਲੱਗਿਆ। ਹਾਂਜੀ, ਹਾਂਜੀ, ਚਲੋ ਆਉਂਦਾ ਹੀ ਆ। ਸਹੀ ਗੱਲ ਆ ਜੀ। ਸਾਰਾ ਇਹਦੇ ਵੀ 4 ਟਾਇਰ ਨਾਲ ਦੇ ਆ ਬਾਈ। ਠੀਕ ਹੈ ਜੀ। ਹਾਂ, ਇਹ 1700-1800 ਘੰਟੇ ਚੱਲਿਆ ਹੈ, ਪੂਰਾ ਨਵਾਂ ਟਰੈਕਟਰ ਆ। ਤੇ ਕਿੰਨੇ ਦਾ ਬਣੂਗਾ ਇਹ? ਆਪਾਂ 6,85,000 ਦਾ ਦੇ ਦਾਂਗੇ। 6,85,000। ਹਾਂਜੀ, ਹਾਂਜੀ, ਹਾਂਜੀ। ਤੇ ਇੱਕ ਵਾਰੀ ਜੇ ਕਿਸੇ ਨੇ ਲੋਨ ਲੂਨ ਕਰਾਉਣਾ ਹੋਵੇ, ਉਹ ਜੀ ਬਾਈ 12-13 ਮਾਡਲ ਤੋਂ ਉੱਪਰ ਵਾਲਿਆਂ ਤੇ ਹੋ ਜਾਂਦਾ। ਠੀਕ ਹੈ ਜੀ, ਉਹ ਕਰਵਾ ਦਿੰਦੇ ਆ 13 ਮਾਡਲ ਤੋਂ ਉੱਪਰ ਵਾਲਿਆਂ। ਹਾਂਜੀ, 12-13 ਮਾਡਲ ਤੋਂ ਉੱਪਰ ਵਾਲਿਆਂ ਤੇ ਹੋ ਜਾਂਦਾ। ਇਹ ਬਾਈ ਜੀ ਹੈਗਾ 15 ਮਾਡਲ। 15 ਮਾਡਲ। ਹਾਂ, ਮੁਰਲੇ ਟਾਇਰ ਨਾਲ ਦੇ ਆ, ਪਿਛਲੇ ਦੀਵਾਰ ਦੇ ਆ। ਠੀਕ ਹੈ ਜੀ। ਇਹ ਵੀ ਟਰੈਕਟਰ ਚੰਗਾ ਪੂਰਾ 2400-2500 ਘੰਟੇ ਹੀ ਚੱਲਿਆ। ਫਤਿਹਗੜ੍ਹ ਸਾਹਿਬ ਦਾ ਨੰਬਰ ਆ ਤੇ ਫਸਟ ਓਨਰ ਆ। ਆ ਪੰਪ ਸਾਰੇ ਸੀਲਡ ਆ, ਟਰੈਕਟਰ ਨਵਾਂ ਪੂਰਾ। ਠੀਕ ਹੈ ਜੀ। ਹਾਂਜੀ, ਹਾਂਜੀ, ਕਿੰਨਾ ਮਾਡਲ ਸਹੀ? 15 ਮਾਡਲ ਜੀ। ਇਹ 15 ਮਾਡਲ ਆ ਬਾਈ। ਠੀਕ ਹੈ ਜੀ। ਪੂਰਾ ਚੰਗਾ ਟਰੈਕਟਰ, ਇੰਜਣ ਉਂਜਣ ਗੇਅਰ ਦਾ ਪੂਰਾ ਵਧੀਆ, ਹੁੱਕ ਹੱਕ ਚੱਲਮੀ ਲੱਗੀ। ਚਾਹੇ ਬੰਦਾ ਵਾਹ ਕੇ ਲਿਆ ਸਕਦਾ। ਹਾਂ, ਚੈੱਕ ਕਰ ਸਕਦੇ, ਹਾਲ ਹੈਗੇ, ਪਿੱਛੇ ਥਾਂ ਹੈਗੀ ਆਪਣੀ। ਠੀਕ ਹੈ, ਜਿਵੇਂ ਮਰਜ਼ੀ ਵਾਹ ਕੇ ਦੇਖ ਸਕਦੇ ਆ। ਇਹ ਵਿਕਿਆ ਹੋਇਆ ਸਪਰਾਜ। ਠੀਕ ਹੈ, ਇਹ ਵਿਕ ਗਿਆ ਜੀ। ਹਾਂ, ਇਹ ਵਿਕ ਗਿਆ ਸੀ। ਇਹ ਆਪਣਾ 2001 ਮਾਡਲ ਆ ਜੀ। 2001 ਮਾਡਲ ਫਸਟ ਓਨਰ ਪਟਿਆਲਾ ਨੰਬਰ ਆ।
ਇਹਦੇ ਕੋਈ ਡੈਕ ਡੁੱਕ ਲੱਗਿਆ ਹੋਇਆ? ਸਾਰਾ ਡੈਕ ਡੁੱਕ ਲੱਗਿਆ ਹੋਇਆ, ਸਾਰਾ ਟਰੈਕਟਰ ਓਰੀਜਨਲ ਹੈ ਵੀ ਫਿਰ। ਤੇ ਫਿਰ ਨਾਲ ਜਿਵੇਂ ਟੋਪਲਿਕ ਵਗੈਰਾ? ਹਾਂ, ਡੰਡਾ, ਡਰਾਈਵਰ, ਹੁੱਕ, ਗੁੱਲਾ, ਇਹ ਤਾਂ ਸਾਰਾ ਕੁਛ ਦਿੰਦੇ ਹਾਂ ਆਪਾਂ ਬਾਈ। ਠੀਕ ਹੈ, ਠੀਕ ਹੈ। ਸਾਰਾ ਟਰੈਕਟਰ ਓਰੀਜਨਲ ਹੈ, ਪੂਰਾ ਸੋਹਣਾ ਨਵੇਂ ਵਰਗਾ ਪਿਆ ਜੀ। ਇਹਦੇ ਮੁਰਲੇ ਟਾਇਰ ਗੋਲ ਪਏ ਹੋਏ ਵੱਡੇ, ਇਹ ਵੀ ਟਾਇਰ ਵਧੀਆ ਨੇ, ਇਹਦੇ ਵੀ ਹੈਗੇ 85-90 ਪੈਸੇ ਡੈਕ, ਇਹਦੇ ਵੀ ਲੱਗਿਆ ਛਤਰੀ ਕਨੋਪੀ ਲੱਗੀ ਆ। ਇਹ ਵੀ ਟਰੈਕਟਰ ਸਾਰਾ ਓਰੀਜਨਲ ਹੀ ਆ ਜੀ, ਜਿੰਨੇ ਵੀ ਟਰੈਕਟਰ ਹੋਣ ਟਾਇਰ ਟੂਰ ਸਾਰੇ ਸੋਹਣੇ ਸੋਹਣੇ ਹੀ ਆ, ਟਾਇਰ ਟੂਰ ਵੀ ਪੂਰੇ ਵਧੀਆ, ਟਾਇਰਾਂ ਨਾਲ ਹੀ ਵਿਕਦਾ ਬਾਈ। ਫਿਰ ਅਗਲਾ ਪਹਿਲਾਂ ਆ ਕੇ ਟਾਇਰ ਹੀ ਵਿਕਦਾ ਵੀ ਗੱਲ ਸਹੀ ਆ ਜੀ। ਇਹ ਵੀ 2500-2600 ਘੰਟੇ ਚੱਲਿਆ ਹੋਇਆ ਬਾਈ। ਠੀਕ ਹੈ ਜੀ, ਟਰੈਕਟਰ ਇਹ ਵੀ ਪੂਰਾ ਸੋਹਣਾ, ਇਹਦੀ ਡਿਮਾਂਡ ਆ 585,000। 585,000 ਰੁਪਏ ਡਿਮਾਂਡ ਆ। ਹਾਂ ਜੀ, ਪੂਰਾ ਚੰਗਾ ਟਰੈਕਟਰ ਆ ਇਹ। ਆਲਰਾਉਂਡ ਆ ਗਈ 2022 ਮਾਡਲ, 2022 ਮਾਡਲ ਹੋਲਾ ਹੈ। ਇਹਦੀ ਕਾਪੀ ਆ 750 ਘੰਟਾ ਚੱਲਿਆ ਹੈ। ਠੀਕ ਹੈ, 750 ਟਾਇਰ ਟੂਰ ਇਹਦੇ ਵੀ ਨਾਲ ਦੇ 90 ਪੈਸੇ ਪਏ ਆ ਜੀ। ਪੂਰਾ ਦੇਖ ਲਓ ਤੁਸੀਂ, ਸ਼ੋਅ ਸ਼ੂ ਦਾ ਸਾਰਾ ਨਵੇਂ ਵਰਗਾ ਟਰੈਕਟਰ ਪਿਆ ਜਿਹੜਾ ਬਿਲਕੁਲ ਨਵਾਂ, ਜਿਵੇਂ ਬ੍ਰਾਂਡ ਨਿਊ ਪਿਆ ਹੁੰਦਾ ਹੈ। ਹਾਂ, ਬ੍ਰਾਂਡ ਨਿਊ ਬਲਕ ਹੀ ਪਿਆ ਜੀ। ਸਹੀ ਗੱਲ ਹੈ, 55 HP ਟਰੈਕਟਰ ਹੈ ਹੁਣ ਆਉਂਦੇ ਨਹੀਂ ਨਾ, ਹੁਣ CRD ਆਉਣ ਲੱਗ ਪਿਆ ਤੋਂ ਉੱਪਰ। ਇਹ 55 ਪਾ ਬਣਾ 55 ਵਾਲਾ, ਹਾਂ ਜੀ, ਸਪੈਸ਼ਲ ਐਡੀਸ਼ਨ ਆ। ਠੀਕ ਹੈ ਜੀ, ਆ ਸੋਹਣਾ ਟਰੈਕਟਰ ਪੂਰਾ ਹੈ ਵੀ। ਇਹਦੀ 8,15,000 ਡਿਮਾਂਡ ਕਰਦੇ। ਠੀਕ, ਨੰਬਰ ਪੰਜਾਬ ਦਾ ਵੀ? ਨੰਬਰ ਪੰਜਾਬ ਦਾ, ਹਾਂਜੀ। ਠੀਕ ਹੈ, ਠੀਕ ਹੈ। ਇਹ ਵੀ ਵਿਕਿਆ ਹੋਇਆ ਸਰਾਧਾਂ ਕਰਕੇ ਬਈ, ਲੈ ਕੇ ਨਹੀਂ ਗਿਆ ਹਜੇ, ਕੱਲ ਨੂੰ ਰਹਿਣਗੇ 3 ਹਜ਼ਾਰ ਸਰਾਧਾਂ ਦੇ ਵਿੱਚ ਮਹਿੰਗੇ ਆ। ਹਾਂਜੀ, ਸਰਾਧਾਂ ਦੀ ਸਮਾਪਤੀ ਹੋ ਗਈ। ਹਾਂਜੀ, ਤੇ ਕੱਲ ਨੂੰ ਲੈ ਜਾਣਗੇ, ਤਾਂ ਕਰਕੇ ਹਜੇ ਖੜੇ ਹੋਏ ਆ, ਵਿਕੇ ਹੋਏ ਹੁਣ ਖੜੇ ਆ 2-3 ਟਰੈਕਟਰ। ਤੇ ਇਹ ਆਪਣਾ ਸੋਨਾਲਿਕ ਆ ਜੀ, 8 ਸੋਨਾਲਿਕ। ਹਾਂਜੀ, 2007 ਮਾਡਲ ਆ ਜੀ। ਠੀਕ ਹੈ, 7 ਮਾਡਲ ਆ ਜੀ। ਹਾਂਜੀ, 7 ਮਾਡਲ ਆ। ਠੀਕ ਹੈ, ਟਰੈਕਟਰ ਇਹ ਵੀ ਸਾਰਾ ਓਰੀਜਨਲ ਆ ਜੀ, ਫਸਟ ਓਨਰ ਆ। ਫਸਟ ਓਨਰ ਆ। ਪਿਛਲੇ ਟਾਇਰ ਅੱਧੇ ਕਾ ਮੁਰਲੇ 70-75 ਪਏ ਆ, ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ। ਤੇ ਇਹ ਕਿੰਨਾ ਮਾਡਲ ਇਹ? ਇਹ 2,40,000 ਦਾ ਦੇਦਾ। 2,40,000। ਹਾਂਜੀ, ਠੀਕ ਹੈ ਜੀ। ਇਹ 3630 ਆ ਜੀ, ਇਹ ਪਲੱਸ ਵਾਲਾ, 55 HP ਵਾਲਾ। ਇਹ ਵੀ 55 ਵਾਲਾ ਜੀ? ਹਾਂ ਜੀ, ਹਾਂ ਜੀ, ਇਹਦੇ ਵੀ 55-60 ਪੈਸੇ ਟਾਇਰ ਆ। ਹਾਂਜੀ, ਟਾਇਰ ਹੋਰ ਸਪੀਡ ਵਾਲਾ। ਇਹ ਵੀ ਫਸਟ ਓਨਰ ਆ ਜੀ। ਫਸਟ ਓਨਰ ਆ, ਨੰਬਰ ਮਾਡਲ ਆ, ਨਾਮ ਦੀ ਕਾਪੀ ਆ। ਠੀਕ ਹੈ ਜੀ, ਨੰਬਰ ਕਿੱਥੇ ਦਾ ਜੀ ਇਹ? ਨੰਬਰ ਪੰਜਾਬ ਪਟਿਆਲਾ ਰਾਜਪੁਰੇ ਦਾ। ਰਾਜ ਦਾ ਨੰਬਰ ਆ? ਹਾਂਜੀ, ਹਾਂਜੀ, ਤੁਸੀਂ ਰਾਜਪੁਰੇ ਦਾ। ਤੇ ਕਿੰਨੀ ਡਿਮਾਂਡ ਸੀ ਇਹਦੀ ਆਪਾਂ ਨੇ? ਇਹਦੀ ਡਿਮਾਂਡ ਆਪਾਂ ਦੇ 3.5 ਲੱਖ ਦਾ ਜੀ। 3.5 ਲੱਖ ਰੁਪਇਆ? ਠੀਕ ਹੈ, ਠੀਕ ਹੈ ਜੀ। ਇਹ ਵੀ ਲੈ ਕੇ ਆ, ਹਜੇ ਧੋ ਰਿਹਾ ਜੀ ਕੱਲ। ਇਹ 1993 ਮਾਡਲ ਆ। 1993 ਮਾਡਲ? ਹਾਂਜੀ, ਇਹਦੇ ਵੀ ਨਹੀਂ ਹਜੇ ਦੇਖ ਲਓ ਚਾਪੀ ਕਿਤੇ ਵੀ। ਸੋਹਣਾ ਟਰੈਕਟਰ ਆ ਪੂਰਾ, ਮਾੜਾ ਮੋਟਾ ਪੰਪ ਪੁੰਪ ਦਾ ਕੰਮ ਹੋਇਆ ਹੋਇਆ, ਇੰਜਣ ਹਜੇ ਤੱਕ ਨਹੀਂ ਖੁੱਲਿਆ। ਹਾਂ, ਸੋ ਸ਼ੂ ਦਾ ਤੁਸੀਂ ਦਿਖਾ ਦਿਓ ਮਾਰ ਕੇ, ਦੇਖੋ ਸੰਭਾਲ ਕਿੰਨੀ ਆ। ਇਹ ਵੀ ਪਹਿਲੀ ਪਾਰਟੀ ਦਾ ਟਰੈਕਟਰ ਆ, ਫਤਿਹਗੜ੍ਹ ਸਾਹਿਬ ਦਾ ਨੰਬਰ ਆ ਜੀ। ਤੇ ਟਾਇਰ ਟੂਰ ਇਹਦੇ ਵੀ ਚੰਗੇ ਪਏ? ਟਾਇਰ ਟੂਰ ਚੰਗੇ, ਟਾਇਰ ਸਾਰੇ ਟਰੈਕਟਰਾਂ ਦੇ ਤਕਰੀਬਨ ਆਪਣੇ ਚੰਗੇ ਪਾਉਣੇ ਨਹੀਂ ਪੈਣੇ ਕਿਸੇ ਨੂੰ। ਠੀਕ, ਇੰਜਣ ਗੇਅਰ ਦਾ ਬਹੁਤ ਸੋਹਣਾ ਟਰੈਕਟਰ ਆ, ਬੰਦਾ ਤਸੱਲੀ ਰੱਖ ਕੇ ਜਾ ਸਕਦਾ। ਪੂਰੀ ਤਸੱਲੀ ਆ ਜੀ। ਠੀਕ ਹੈ ਜੀ, ਇਹ ਆਪਾਂ 1,70,000 ਕਹਿੰਦੇ ਹਾਂ ਜੀ। 1,70,000 ਰੁਪਏ? ਹਾਂਜੀ, ਹਾਂਜੀ, ਪੂਰਾ ਚੰਗਾ ਟਰੈਕਟਰ। ਮੁਰਲੇ ਮਗਰਾਟ ਹੈਗੇ ਨਾਲ, ਲੈ ਕੇ ਆਉਣੇ ਆ, ਹੁੱਕ ਲੈ ਕੇ ਆਉਣੀ, ਹਜੇ ਕੱਲ ਹੀ ਲੈ ਕੇ ਆਏ। ਠੀਕ ਹੈ, ਡੈਕ ਡੁੱਕ ਸਾਰਾ ਚੱਲਦਾ ਆ। ਠੀਕ ਹੈ ਜੀ, ਇਹ ਟਰਾਲੀ ਆ ਜੀ। ਠੀਕ ਹੈ ਜੀ, ਇਹ ਟਰਾਲੀ 6x12 ਜੀ, ਇਹ 70,000 ਦੀ ਦੇ ਦਾਂਗੇ। 6x12 70,000 ਵਾਲੀ, ਤੂੜੀ ਵਾਲੀ ਆ ਜੀ। ਹਾਂਜੀ, ਠੀਕ ਹੈ ਜੀ। ਇਹ 14x7 ਆ ਜੀ, ਟਾਇਰ ਟੂਰ ਪੂਰੇ ਵਧੀਆ, ਇਹ ਵੀ ਵਧੀਆ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਸਾਰਾ, ਇਹਨੂੰ ਦੇਖ ਲਓ। ਠੀਕ ਹੈ, ਰੇਲ ਵਾਲਾ ਹਿੱਸਾ ਆ। ਹਾਂਜੀ, ਹਾਂਜੀ, ਪੂਰੀ ਨਰੋਈ ਟਰਾਲੀ ਆ, ਹੈਵੀ, ਤੇ ਟਾਇਰ ਵੀ ਬੜੇ ਚੰਗੇ ਪਏ ਨੇ ਜੀ। ਹਾਂਜੀ, ਹਾਂਜੀ, ਮੈਂ ਨਵੇਂ ਵਾਲਾ 30 ਕੁਇੰਟਲ ਦੇ ਅਟੇ ਛੱਟੇ ਟਰਾਲੀ ਆ ਜੀ। 30 ਕੁਇੰਟਲ ਵਜਨ? ਹਾਂਜੀ, ਹਾਂਜੀ, ਠੀਕ ਹੈ, ਠੀਕ ਹੈ। ਪੂਰੀ ਚੰਗੀ ਟਰਾਲੀ ਆ, ਦੇਖ ਲਓ, ਨਵੀਂ ਵਰਗੀ ਪਈ ਆ, ਪਰਸ ਫੁਰਸ ਸਾਰਾ, ਐਨ ਪੂਰੀ ਮਾਲ ਵੀ ਟੌਪ ਦਾ ਲੱਗਿਆ ਹੋਇਆ, ਸੇਲ ਦਾ ਤੇ ਟਾਟਾ ਦਾ। ਠੀਕ ਹੈ ਜੀ, ਹਾਂਜੀ। ਤੇ ਕਿੰਨੀ ਡਿਮਾਂਡ ਕਰਦੇ ਜੀ ਭਾਈ? ਇਹਦੀ 3 ਲੱਖ ਕਰਦੇ ਜੀ ਡਿਮਾਂਡ। 3 ਲੱਖ ਰੁਪਏ ਡਿਮਾਂਡ ਆ ਜੀ? 3 ਲੱਖ ਡਿਮਾਂਡ ਆ ਜੀ। ਠੀਕ ਹੈ, ਠੀਕ ਹੈ। ਬਾਕੀ
ਉਹ ਖੜੀ ਆ ਟਰਾਲੀ ਇੱਕ। ਠੀਕ ਹੈ ਜੀ। ਹਾਂ ਜੀ, ਉਹ ਕਿੰਨੇ ਕੁ ਦੀ ਦੇਣੀ ਹੈ ਜੀ? ਉਹ ਦੇ ਦਾਂਗੇ ਉਹ ਵੀ 70,000 ਦੇ ਦਾਂਗੇ। ਗੱਡੀ ਵਾ ਵੀ ਦਿਖਾ ਦੇ, ਜਿਹੜੀ ਮਰਜ਼ੀ ਲੈ ਜਾਵੇ, ਹਲ ਦੇ ਦਾਂਗੇ 15,000 ਦੇ ਕੋਈ ਹੁੰਦਾ। ਜੇ ਮੰਨ ਕੇ ਚੱਲੋ ਵੀਰੇ ਕੋਈ ਹੁੰਦਾ ਹੁੰਦਾ ਵੀ ਇਕੱਠੀਆਂ ਨਹੀਂ ਜਾਣੀਆਂ, ਹੁਣ ਫਿਰ ਇਕੱਠੀਆਂ ਜੇ ਦੋਵੇਂ ਲੈ ਜਾਣੀਆਂ ਨੇ 1,30,000 ਦੀਆਂ ਦੇ ਦਾਂਗੇ। ਠੀਕ ਹੈ ਜੀ, 30,000 65,000 ਨੂੰ ਦੇ ਦਾਂਗੇ। ਠੀਕ ਹੈ, ਠੀਕ ਹੈ। ਹਾਂਜੀ ਹਾਂਜੀ ਭਾਈ ਜੀ। ਹਾਂਜੀ ਵੀਰੋ, ਇਹ ਸੀ ਟਰੈਕਟਰ ਬਾਈ ਜੀ ਦੇ, ਜਿਹੜੇ ਆਪਾਂ ਨੂੰ ਬਾਈ ਜੀ ਨੇ ਦਿਖਾਏ ਨੇ, ਅਤੇ ਨਾਲੇ ਵੀਰ ਉਹਨਾਂ ਕੋਲ ਹੋਰ ਜੇ ਕੋਈ ਸੰਦ ਲੈਣਾ ਹੋਵੇ ਖੇਤੀਬਾੜੀ ਦੇ ਰਿਲੇਟਡ, ਖੜੇ ਹੋਰ ਵੀ ਆ ਜਾਂਦੇ ਆ। ਖੜੀਆਂ ਸੀ ਦੋ ਪ੍ਰੈਸ਼ਰ ਵਾਲੀਆਂ ਹੋਣੀ ਵਿੱਚ ਨੇ, ਹਲ ਸੰਕਰੀਆ ਦੇ ਖੜੇ ਸੀ, ਰੂਟਾ ਵੀਟਰ ਸੁਪਰ ਸੀਡਰ ਆਉਂਦਾ ਹੀ ਰਹਿੰਦੇ ਆ ਜਣੇ, ਹਰ ਤਰ੍ਹਾਂ ਦਾ ਪਾਈ ਜਾਂਦੇ ਆ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਹਾਂਜੀ, ਇੱਕ ਵਾਰ ਫਿਰ ਤੁਹਾਨੂੰ ਐਡਰੈਸ ਦੱਸਿਆ ਆਪਣਾ। ਹਾਂ, ਐਡਰੈਸ ਆਪਣਾ ਹੈਗਾ ਜੀ ਭਲਵਾਨ ਟਰੈਕਟਰ ਦੇ ਨਾਮ ਤੇ, ਦਿੱਤੂਪੁਰ ਜੱਟਾਂ ਦਾ ਬੱਸ ਸਟੈਂਡ ਆ ਜੀ, ਅੱਡਾ ਪੈ ਜਾਂਦਾ ਆ ਪਾਸੋਂ ਤੋਂ ਪਟਿਆਲਾ ਰੋਡ ਤੇ। ਪਟਿਆਲਾ ਆਪਾਂ ਨੂੰ 20 ਕਿਲੋਮੀਟਰ, 20 ਕੇ ਨਾਭਾ ਹੈ, 20 ਕੇ ਸਰਹੰਦਾ, 25 ਕੇ ਖੰਨਾ, ਗੱਬੇ ਜੇ ਆ ਜਾਂਦਾ ਆਪਣਾ ਪਾਸੋਂ ਦੇ ਨੇੜੇ ਕਰਕੇ। ਹਾਂਜੀ ਵੀਰੇ, ਆਪਣੇ ਨੰਬਰ ਹੈਗਾ ਆਪਣਾ 99219-3022। ਇਸੀ ਟਰੈਕਟਰ ਦੇ ਬਾਈ ਉਹਨੇ ਆਪਾਂ ਦਿਖਾਏ ਵੀਡੀਓ ਦੇ ਵਿੱਚ। ਬਾਕੀ ਜੇ ਵੀਡੀਓ ਵਧੀਆ ਹੋਵੇ ਤਾਂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਜੇ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਤੁਹਾਡੇ ਫੋਲੋ, ਬਾਕੀ ਆਪਣੇ ਇੰਸਟਾ ਨੂੰ ਫੋਲੋ ਜ਼ਰੂਰ ਕਰ ਲਿਓ, ਕਿੱਥੇ ਆਪਾਂ ਰੀਲਾਂ ਲੈ ਕੇ ਆਉਂਦੇ ਰਹਿੰਦੇ ਹਾਂ। ਵੀਡੀਓ ਨੂੰ ਲਾਈਕ ਸਰ ਕਮੈਂਟ, ਧੰਨਵਾਦ ਜੀ। ਧੰਨਵਾਦ ਵੀਰ ਜੀ।